ਵੈਸੇ ਸਾਰੇ ਜਣਿਆਂ ਨੂੰ ਕਰੋਨਾ ਵਾਇਰਸ ਤੋਂ ਬਚ ਕੇ ਰਹਿਣਾ ਚਾਹੀਦਾ, ਮੈਂ ਹਾਈਲੀ ਰੈਕਮੈਂਡ ਕਰਦਾ, ਮਜ਼ਾਕ ਆਪਦੀ ਥਾਂ 'ਤੇ ਆ। ਮੈਂ ਤਾਂ ਇਸ ਹੱਦ ਤੱਕ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਰੋਟੀ ਬਾਹਰੋਂ ਆਰਡਰ ਨਾ ਕਰੋ। ਸਾਰੇ ਜਣੇ ਸੇਫ ਰਹੋ, ਆਪਣਾ ਫੇਸ ਕਵਰ ਕਰਕੇ ਰੱਖੋ। ਲਓ ਜੀ, ਗੱਲ ਕਰਦੇ ਹਾਂ ਪੰਜਾਬੀ ਸਿੰਗਰ ਪਰਮੀਸ਼ ਵਰਮਾ ਤੇ ਸਿੰਗੇ ਦੀ। ਜੇ ਗੱਲ ਕਰਾਂ ਪਰਮੀਸ਼ ਵਰਮਾ ਦੀ, ਜੋ ਹੋ ਗਏ ਨੇ ਘਰ ਵਿੱਚ ਕੈਦ ਤੇ ਖਾ ਰਹੇ ਨੇ ਆਪਣੇ ਮਾਂ ਦੇ ਹੱਥ ਦੀਆਂ ਰੋਟੀਆਂ। ਪਰਮੀਸ਼ ਵਰਮਾ ਨੇ ਲਾਈਵ ਹੋ ਕੇ ਆਪਣੇ ਫੈਨਸ ਨੂੰ ਸਲਾਹ ਦਿੱਤੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਕੰਮ ਕਾਰ ਛੱਡ ਕੇ ਘਰਾਂ ਦੇ ਵਿੱਚ ਬੈਠੇ ਹਾਂ, ਤੁਸੀਂ ਵੀ ਅਗਰ ਕੋਰੋਨਾ ਤੋਂ ਬਚਣਾ ਹੈ ਤੇ ਘਰ ਦੇ ਵਿੱਚ ਹੋ ਜਾਓ ਕੈਦ। ਵੈਸੇ ਸਾਰੇ ਜਣਿਆਂ ਨੂੰ ਕੋਰੋਨਾ ਵਾਇਰਸ ਤੋਂ ਬਚ ਕੇ ਰਹਿਣਾ ਚਾਹੀਦਾ, ਮੈਂ ਹਾਈਲੀ ਰੈਕਮੈਂਡ ਕਰਦਾ, ਮਜ਼ਾਕ ਆਪਦੀ ਥਾਂ 'ਤੇ ਆ, ਬਾਹਰ ਅੰਦਰ ਕੱਟ ਜਾਓ। ਮੈਂ ਤਾਂ ਇਸ ਹੱਦ ਤੱਕ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਰੋਟੀ ਬਾਹਰੋਂ ਆਰਡਰ ਨਾ ਕਰੋ, ਕੋਸ਼ਿਸ਼ ਕਰੋ ਘਰੇ ਰੋਟੀ ਖਾਓ, ਭਾਵੇਂ ਰਾਤ ਦੇ 2 ਵਜੇ ਹੁਣ। ਮਾਤਾ ਨੂੰ ਕਹਿ ਕੇ ਪਰੌਂਠੇ ਪਾਓ, ਘਰਦਿਆਂ ਨੂੰ ਕਹੋ ਕਿ ਦੇਖੋ ਅਸੀਂ ਤੁਹਾਡੇ ਕੋਲ ਆਏ ਹਾਂ, ਆਲੂ ਦੇ ਪਰੌਂਠੇ ਰਾਤ ਨੂੰ 2 ਵਜੇ ਜ਼ਰੂਰ। ਪਰ ਔਨ ਅ ਵੈਰੀ ਸੀਰੀਅਸ ਨੋਟ ਗਾਇਸ, ਲੁੱਕ ਆਫਟਰ ਯੂਰਸੈਲਫ, ਬੀ ਸੇਫ। ਮੈਂ ਕੋਈ ਓਫਿਸ਼ਲ ਪੋਸਟ ਪਾ ਗਿਆ ਗੱਲ ਤਾਂ ਨਹੀਂ ਕਹਿ ਰਿਹਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਐਂ ਲੱਗੇ ਕਿ ਮੈਂ ਇਸ ਚੀਜ਼ ਨੂੰ ਕਮਰਸ਼ਲੀ ਯੂਜ਼ ਕਰ ਰਿਹਾ ਫਲਾਣਾ ਟਾਈਮ ਕਾ। ਆਪਦਾ ਖਿਆਲ ਰੱਖੋ, ਤੁਸੀਂ ਸਾਰਿਆਂ ਨੇ ਬਹੁਤ ਸਿਆਣੇ ਹੋ, ਆਪਾਂ ਸਾਰੇ ਸਿਆਣੇ ਆ। ਜਿੱਥੇ ਪਰਮੀਸ਼ ਵਰਮਾ ਨੇ ਆਪਣੇ ਫੈਨਸ ਨੂੰ ਕੋਰੋਨਾ ਤੋਂ ਬਚਣ ਦੀ ਸਲਾਹ ਦਿੱਤੀ ਹੈ, ਉੱਥੇ ਦੂਜੇ ਪਾਸੇ ਪੰਜਾਬੀ ਸਿੰਗਰ ਸਿੰਘਾ ਨੇ ਵੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੇ ਫੈਨਸ ਨੂੰ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਦੱਸਿਆ। ਆਓ ਸੁਣਦੇ ਹਾਂ ਸਿੰਘਾ ਕੀ ਕਹਿ ਰਹੇ ਨੇ ਆਪਣੇ ਫੈਨਸ ਨੂੰ ਲਾਈਵ ਹੋ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਿੰਘਾ, ਅਤੇ ਇੱਕ ਜ਼ਰੂਰੀ ਅਨਾਊਂਸਮੈਂਟ ਗੱਲ ਕਰਨੀ ਬਣਦੀ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਰੋਨਾ ਵਾਇਰਸ ਕਰਕੇ, ਸਾਰੇ ਜਣੇ ਸੇਫ ਰਹੋ, ਆਪਣਾ ਫੇਸ ਕਵਰ ਕਰਕੇ ਰੱਖੋ, ਸੈਨੇਟਾਈਜ਼ਰ ਯੂਜ਼ ਕਰੋ ਅਤੇ ਕਿਸੇ ਨੂੰ ਮਿਲੋ ਨਾ ਬਚ ਕੇ। ਓਪਨ ਚੈਲੇਂਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।